ਬਿਲਚਨ ਦਾ ਆਗਾਜ਼ ਕਰਦੇ ਹਾਂ। ਕਪੂਰਥਲਾ ਵਿੱਚ ਆਪ ਆਗੂ ਦਾ ਪੁਲਿਸ ਨਾਲ ਪੰਗਾ ਪੈ ਗਿਆ। ਦੁਕਾਨ ਤੇ ਰੇਡ ਕਰਨਾਈ ਪੁਲਿਸ ਨੂੰ ਮੰਜੂ ਰਾਣਾ ਨੇ ਰੋਕ ਲਿਆ। ਦੱਸਦੇ ਕਿ ਕਪੂਰਥਲਾ ਦੇ ਵਿੱਚ ਆਪ ਆਗੂ ਦਾ ਪੁਲਿਸ ਨਾਲ ਇਹ ਪੰਗਾ ਪਿਆ ਤੇ ਜਮ ਕੇ ਹੰਗਾਮਾ ਇੱਥੇ ਵੇਖਣ ਨੂੰ ਮਿਲਿਆ। ਇੱਥੇ ਦੁਕਾਨ ਤੇ ਰੇਡ ਕਰਨਾਈ ਪੁਲਿਸ ਨੂੰ ਮੰਜੂ ਰਾਣਾ ਨੇ ਰੋਕ ਲਿਆ। ਤਕਰੀਬਨ 3 ਘੰਟੇ ਤੱਕ ਇੱਥੇ ਇਹ ਹੰਗਾਮਾ ਚੱਲਦਾ ਰਿਹਾ। ਮੰਜੂ ਰਾਣਾ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੂੰ ਪੁਲਿਸ ਬੇਵਜ੍ਹਾ ਪਰੇਸ਼ਾਨ ਕਰ ਰਹੀ ਹੈ। ਬਿਨਾਂ ਕਾਰਵਾਈ ਕੀਤੇ ਫਿਰ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਪਰਤਣਾ ਪਿਆ। दस दी कि दुकान से रेड मारन आई सी पुलिस, लेकिन इतने मंजू राणा जो कि आप आगू ने उन्होंने तकरार होंगी भी नजर आई। 3 घंटे तक इतने जम के हंगामा चलिया, फिर बिना कार्रवाई कीत्या ही पुलिस मुलाजमान वापस परतना पै। मंजू राणा का कहना है कि दुकानदारा पुलिस बेवजह परेशान कर रही है और इसके चलद खासा तकरार वाला माहौल इतने देखने मिले। कपूरथला तो यह तस्वीर सामने आई है जिथे आप आगू से पुलिस विचाले तकरार वेखन मिली है। दुकान से रेड करनाई पुलिस नू मंजू राणा ने रोक लिया, जिन्होंने इल्जाम पुलिस ते लगाया कि बेवजह दुकानदारों नू परेशान किया जा रहा है। पुलिस फिर बिना कार्रवाई किए वापस परत गई। तकरीबन 3 घंटे तक इत्थे जिहड़ा हंगामा हुंदा होया विखाई दिता। कपूरथला दे विच घटना वापरी है, आप आगू दा पुलिस नाल ए तकरार वाला मामला जो सामने आया। जिथे मुलजम ने बयान दिते भी मैं चोरी का समान इस मुंडे नू बेचिया है। कोई गल नहीं मैडम, आप कानून तो नहीं बच सकते, ठीक है ना? जो कानून अजायज दिंदा मैं लिया सकदा ना। मुलाजे तो बिना नहीं जानते शराब पीती हुई ठीक है। मेरी बेइज्जती की, चलो चलिए जी इन्हें नाल रखी। मुलाजे तो बिना इन्होंने बिना वर्दिया वाले बंदे को चखो। DVR लाई है, DVR खोली, इन्हों को कोई सर्च वारंट नहीं, इन्हों को कोई अरेस्ट वारंट नहीं है। 456 का परचा किया जाए क्योंकि इन्होंने आके मुंडे का मोबाइल भी खोया वा। चोर वेचा नहीं वेचा की पता, इन्होंने पुलिस ने मिली भगत करके अपना माल ही मत्थे ते चोर नहीं लिखा आंदा गोगना जी, साफ सुथरे तरीके आंदा वा। ਅਸੀਂ ਲੋਕ ਸੋਨੇ ਚਾਂਦੀ ਦੇ ਵਪਾਰੀ ਆ, ਸੋਨਾ ਚਾਂਦੀ ਦੇਵਾਂਗੇ, ਪਿੱਤਲ ਲੋਹਾ ਸਮੈਕਾ ਐ ਚੀਜ਼ਾਂ ਨਹੀਂ ਅਸੀਂ ਲੈਣੀਆਂ। ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਿਓ ਨਾ ਕਿ ਸਾਡੇ ਨਾਲ ਧੱਕੇ ਨਾ ਹੋਣ। 1 ਨੰਬਰ ਡਿਵੀਜ਼ਨ ਥਾਣਾ ਡਿਵੀਜ਼ਨ ਨੰਬਰ 1 ਕਮਿਸ਼ਨਰੇਟ ਜਲੰਧਰ ਤੋਂ ਮੈਂ ਬਤੌਰ SHO ਜਤਿੰਦਰ ਕੁਮਾਰ ਇੱਥੇ ਆਇਆ। ਸਾਡੇ ਕੋਲ ਇੱਕ ਲੜਕਾ ਹਰਵਿੰਦਰ ਸਿੰਘ ਅਸੀਂ ਫੜਿਆ ਹੋਇਆ, 114 ਨੰਬਰ FIR ਲਾਉ ਜਾ। ਉਹਨੇ ਇਹਨਾਂ ਦੇ ਉੱਤੇ ਇਨਸਾਫ ਕੀਤਾ ਸਾਡੇ ਕੋਲ ਕਿ ਸੋਨਾ ਜਿਹੜਾ ਚੋਰੀ ਕੀਤਾ ਉਹ ਇਹਨਾਂ ਨੂੰ ਵੇਚਿਆ ਹੋਇਆ, ਇਸ ਕਰਕੇ ਇਹਨਾਂ ਨੂੰ ਲੈਣ ਵਾਸਤੇ ਆਏ ਸੀ। ਇਹਨਾਂ ਨੂੰ ਵੈਰੀਫਾਈ ਕਰਨਾ, ਅਸੀਂ ਕੋਈ ਸਰਚ ਨਹੀਂ ਕੀਤੀ ਇੱਥੇ। ਸੋ ਖਾਸਾ ਹੰਗਾਮਾ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ। ਚਰਨਜੀਤ ਸਾਡੇ ਨਾਲ ਜੁੜ ਚੁੱਕੇ ਨੇ, ਪਹਿਲੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਚਰਨਜੀਤ, ਕੀ ਇਹ ਪੂਰਾ ਮਾਮਲਾ ਰਿਹਾ, ਕੀ ਖਾਸਾ ਹੰਗਾਮਾ ਵੇਖਣ ਨੂੰ ਮਿਲਿਆ? ਪੁਲਿਸ ਕਾਰਵਾਈ ਕਰਨ ਪਹੁੰਚੀ ਲੇਕਿਨ ਬਿਨਾਂ ਕਾਰਵਾਈ ਫਿਰ ਉਹਨਾਂ ਨੂੰ ਪਰਤਣਾ ਪਿਆ? ਬਿਲਕੁਲ ਰਾਧਾ ਜੀ, ਇਹ ਜਲੰਧਰ ਦੀ ਪੁਲਿਸ ਜਿਹੜੀ ਆ ਉਹ ਕੱਲ ਰਾਤੀ ਤਕਰੀਬਨ 8 ਦੇ ਕਰੀਬ ਇੱਕ ਸੁਨਿਆਰੇ ਦੀ ਦੁਕਾਨ ਤੇ ਪਹੁੰਚਦੀ ਹੈ, ਜਿਸ ਤੇ ਆਰੋਪ ਪੁਲਿਸ ਨੇ ਲਗਾਏ ਸੀਗੇ ਕਿ ਇਸ ਨੇ ਕਿਸੇ ਚੋਰੀ ਦਾ ਸਮਾਨ ਜਾਂ ਸੋਨਾ ਇਹ ਖਰੀਦਿਆ। ਜਦੋਂ ਉਹਨਾਂ ਦਾ DVR ਔਰ ਮੋਬਾਈਲ ਜਿਹੜਾ ਪੁਲਿਸ ਨੇ ਜ਼ਬਤ ਕਰ ਲਿਆ, ਔਰ ਉਸਦੇ ਨਾਲ ਪੁਲਿਸ ਦੇ ਨਾਲ ਕੁਝ ਸਿਵਲ ਵਰਦੀ ਦੇ ਵਿੱਚ ਵੀ ਪੁਲਿਸ ਜਿਹੜੀ ਉਹ ਪਹੁੰਚੀ ਸੀਗੀ, ਮਤਲਬ ਪ੍ਰਾਈਵੇਟ ਬੰਦੇ ਜਿਹੜੇ ਨਾਲ ਹੈ ਸੀਗੇ। ਤੇ ਉਸ ਟਾਈਮ ਜਿਹੜੀ ਹਲਕਾ ਇੰਚਾਰਜ ਸਾਬਕਾ ਸੈਸ਼ਨ ਜੱਜ ਆ ਆਮ ਆਦਮੀ ਪਾਰਟੀ ਦੀ, ਉਹ ਉੱਥੇ ਮੌਕੇ ਤੇ ਪਹੁੰਚੀ। ਜਦੋਂ ਇਸ ਤਰ੍ਹਾਂ ਦਾ ਹੰਗਾਮਾ ਹੋਇਆ, ਉਹਨੂੰ ਉਹਦਾ DVR ਜਿਹੜਾ ਵਾ ਉਹ ਸੁਨਿਆਰੇ ਦੀ ਦੁਕਾਨ ਤੋਂ ਲੈ ਲਿਆ ਔਰ ਉਹਨੂੰ ਅਰੈਸਟ ਕਰਨ ਲਈ ਪਹੁੰਚੀ। ਤੇ ਜਦੋਂ ਹਲਕਾ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਹਾਂ ਵੀ ਤੁਸੀਂ ਦੱਸੋ ਕਿਹੜੇ ਪੇਪਰ ਆ ਤੁਹਾਡੇ ਕੋਲ, ਕਿਹੜੇ ਅਰੈਸਟ ਵਾਰੰਟ ਆ, ਜਾਂ ਤੁਸੀਂ ਕਿਹੜੇ ਆਧਾਰ ਤੇ ਆਏ ਹੋ ਔਰ ਦੇਰ ਰਾਤ ਤੁਸੀਂ ਇੱਥੇ ਪਹੁੰਚੇ, ਉਸ ਤਰ੍ਹਾਂ ਜਿਹੜੀ ਆ ਬਹਿਸ ਜਿਹੜੀ ਤਿੱਖੀ ਮਿਲੀ। ਔਰ ਉੱਥੇ ਕਪੂਰਥਲੇ ਦਾ ਜਿਹੜਾ ਵਾ ਉਹ ਕੋਤਵਾਲੀ ਥਾਣੇ ਦਾ ਜਿਹੜਾ SHO ਵੀ ਪਹੁੰਚਿਆ, ਜਿਸ ਦੀ ਡਿਊਟੀ ਨਹੀਂ ਸੀਗੀ। ਔਰ ਇਸ ਤਰ੍ਹਾਂ ਦਾ ਜਿਹੜਾ ਇਹ ਹੰਗਾਮਾ ਉਹ ਸਾਹਮਣੇ ਦੇਖਣ ਨੂੰ ਮਿਲਿਆ ਕਿ ਇਹ ਜਿਹੜੀਆਂ
चीजा जजायज तौर से भी कई बार पुलिस जी करती है और ना डाकूमेंट होने कारण जलंधर की पुलिस जी बरंग वापस मुड़ी। बिल्कुल, लेकिन हुण जिस तरह के नाल क्योंकि इत्थे आप आगू क्योंकि मौजूद सन अते फिर इस तों बाद हंगामा भी खासा वेखण नूं मिलिया, लेकिन हुण पुलिस की कह रही है कि किस तरह के नाल क्योंकि सर्च ऑफ वारंट दी गल जिहड़ी सामने आई ओह उहनां कोल नहीं सी उस वेले मौजूद, क्या हुण दुबारा पुलिस रेड करन जाएगी की कुछ इस नूं लैके जानकारी? इस संबंधी देर रात जिहड़े आ ओह एस एस पी साहब नूं जिहड़े आ मंजू राणा जी मिले उसदे हाउस दे विच और उत्थे जिहड़ी उह सारी गल्लबात जिहड़ी दस्सी कि जिहड़ी विदाउट परमिशन कपूरथले दे विच जिहड़ी आ उह पुलिस किस तरह आ सकदी और बिना जिहड़ा थाने दे विच इनफॉर्मेशन दित्तिआं और अरैसट करन और अरैसट वारंट भी ना होण और जिन्हां वल्लों आरोप लगाए गए सोना विच दा और उह भी गवाह उत्थे नहीं पहुंचे, इस तरह जिहड़ा हंगामा देर रात जिहड़ा चल रहा। हुण एस एस पी दे नाल इक गुप्त मीटिंग अज तकरीबन होवेगी जो सूत्रां दे हवाले तों पता लगा, उस तों बाद ही सामने तत्थ आउणगे कि की मामला सी पूरा और क्यों इस तरह जिहड़े आ पुलिस धक्का कर रही है और प्राइवेट बंदे क्योंकि हर रोज कोई ना कोई आपां नूं घटना सुणदी है कि पुलिस दे नाल हुण प्राइवेट बंदे जिहड़े आ उह क्यों नाल आउंदे आ कि उस नूं चक के लै जांदे आ जिस तरह अगवाह करके लै जांदे आ, कई जगह ते इस तरह दी घटना आई है, ये भी मामला जिहड़ा हुण लगदा कि उठेगा पंजाब दे विच। जी जी, बहुत बहुत शुक्रिया फिलहाल दी सारी जानकारी लई। सो मामला गंभीर भी है क्योंकि इत्थे पुलिस दी भी कार्रवाई ते सवालिया निशान लग रहा आप आगू क्योंकि इत्थे मौजूद सन उन्हां वल्लों जबकि हंगामा किया गया, अजे विचकार पुलिस प्रशासन से सवाल उठ चुके गए ने, लेकिन हुण इसकी गंभीरता नाल निरपक्ष तरीके दे नाल इस बारे जानकारी होनी चाहिए कि आखिर की कुछ है मामला रहा ते पुलिस कितने गलत सी।